ਹਾਂਜੀ, ਸਵਾਗਤ ਹੈ ਆਪ ਸਭ ਦਾ ਪੰਜਾਬੀ ਮੀਡੀਆ ਚੈਨਲ ਦੇ ਉੱਤੇ। ਲੈ ਕੇ ਹਾਜ਼ਰ ਹੈ ਆਪ ਸਭ ਦੇ ਵਾਸਤੇ, ਤੁਹਾਡੇ ਵਾਸਤੇ ਨਵੀਆਂ ਤਾਜ਼ੀਆਂ ਅਪਡੇਟ। ਅਤੇ ਸ਼ੁਰੂ ਕਰਦੇ ਹਾਂ ਅੱਜ ਦੀਆਂ ਖਾਸ ਖਬਰਾਂ। ਐਂਡ ਤੱਕ ਪੂਰੀ ਵੀਡੀਓ ਜ਼ਰੂਰ ਸੁਣਿਓ ਅਤੇ ਤਾਂ ਕਿ ਤੁਹਾਨੂੰ ਸਾਰੀ ਇਨਫੋਰਮੇਸ਼ਨ ਜਿਹੜੀ ਪਤਾ ਲੱਗ ਜਾਏ। ਸੋ ਸਟਾਰਟ ਕਰਦੇ ਹਾਂ ਜੀ ਅੱਜ ਦੀਆਂ ਅਪਡੇਟ। ਅੱਜ ਦੀ ਪਹਿਲੀ ਖਬਰ ਆ ਰਹੀ ਹੈਗੀ ਹੈ ਜਿਹੜੀ ਇਸ ਵਕਤ ਪ੍ਰੋਬਲਮ ਬਣੀ ਹੋਈ ਹੈ ਮਿਡਲ ਈਸਟ ਦੇ ਵਿੱਚ। ਇਹਦੇ ਵਿੱਚ ਇਜ਼ਰਾਈਲ ਅਤੇ ਈਰਾਨ ਆਪਸ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਬਲਮ ਦੇ ਵਿੱਚ ਹੈਗੇ ਹੈ ਅਤੇ ਪਿਛਲੇ ਕਈ ਸਮੇਂ ਤੋਂ ਅਟੈਕ ਜਿਹੜਾ ਆ ਹੋਣ ਦੀ ਸੰਭਾਵਨਾ ਦੱਸ ਰਹੇ ਆ, ਪਰ ਅਟੈਕ ਹਾਲੇ ਤੱਕ ਹੋਇਆ ਨਹੀਂ। 72 ਘੰਟੇ ਟਾਈਮ ਦਿੱਤਾ ਸੀਗਾ ਈਰਾਨ ਨੇ, ਪਰ ਹਾਲੇ ਤੱਕ ਅਟੈਕ ਨਹੀਂ ਹੋਇਆ, ਕਈ ਦਿਨ ਲੰਘ ਗਏ। ਹੁਣ ਜਿਹੜਾ ਈਰਾਨ ਆ, ਈਰਾਨ ਇਸ ਵਕਤ ਜਿਹੜੇ ਉੱਥੇ ਦੇ ਜਿਹੜੇ ਅੰਦਰਲੇ ਮੈਂਬਰ ਹੈ ਉਹਨਾਂ ਦੀ ਜਿਹੜੀ ਅਪਡੇਟ ਇਹ ਨਿਕਲ ਕੇ ਆਈ ਆ ਵੀ ਈਰਾਨ ਇਸ ਵਕਤ ਕਹਿ ਰਿਹਾ ਵੀ ਅਸੀਂ ਲੜਾਈ ਜਿਹੜੀ ਆ ਨਹੀਂ ਲਾਉਣੀ ਚਾਹੁੰਦੇ, ਕਿ ਉੱਤੋਂ ਜ਼ਰੂਰ ਉਹ ਕਹਿ ਰਿਹਾ ਹੈ ਵੀ ਅਸੀਂ ਲੜਾਈ ਲਾਵਾਂਗੇ। ਪਰ ਈਰਾਨ ਜਿਹੜੇ ਆ, ਜਿਹੜੇ ਉਹਨਾਂ ਦੇ ਨਵੇਂ ਪ੍ਰੈਜ਼ੀਡੈਂਟ ਬਣੇ ਆ ਉੱਥੇ ਦੇ, ਉਹ ਇਹ ਕਹਿ ਰਹੇ ਆ ਵੀ ਜੇਕਰ ਅਸੀਂ ਲੜਾਈ ਲਾ ਦਿੱਤੀ ਤਾਂ ਸਾਡਾ ਜਿਹੜਾ ਆ ਪਹਿਲਾਂ ਹੀ ਇਸ ਵਕਤ ਕਾਫੀ ਨੁਕਸਾਨ ਹੋ ਚੁੱਕਾ ਈਰਾਨ ਦਾ, ਕਿਉਂਕਿ ਪਹਿਲਾਂ ਹੀ ਵੈਸਟਰਨ ਕੰਟਰੀਜ਼ ਈਰਾਨ ਦੇ ਖਿਲਾਫ਼ ਰਹੀਆਂ, ਅਤੇ ਜੇਕਰ ਹੁਣ ਲੜਾਈ ਇਹਨਾਂ ਨੇ ਹਮਲਾ ਕਰ ਦਿੱਤਾ ਉਹਦੇ ਉੱਤੇ, ਤਾਂ ਫਿਰ ਤਾਂ ਇਹਨਾਂ ਦੇ ਵਾਸਤੇ ਜਿਹੜੀ ਇਹਨਾਂ ਦੀ ਇਕਨੋਮੀ ਆ ਉਹਦੇ ਵਾਸਤੇ ਬਹੁਤ ਹੀ ਮਾੜੀ ਗੱਲ ਹੋਣੀ ਆ। ਬਸ ਇਹਨਾਂ ਨੂੰ ਇਹ ਵੀ ਪਤਾ ਹੈ ਵੀ ਇਸ ਵਕਤ ਪੂਰੀ ਦੁਨੀਆ ਦੇ ਵਿੱਚ ਰੌਲਾ ਪਿਆ ਹੋਇਆ ਆ। ਲੁਫਤਾਂਸਾ ਨੇ, ਏਅਰ ਇੰਡੀਆ ਨੇ ਆਪਣੀਆਂ ਫਲਾਈਟਸ ਜਿਹੜੀਆਂ ਬੰਦ ਕੀਤੀਆਂ ਹੋਈਆਂ ਨੇ ਕੰਟਰੀਆਂ ਵਿੱਚ, ਉਹ ਕਹਿ ਰਹੇ ਆ ਵੀ ਲੜਾਈ ਲੱਗੇਗੀ। ਅਤੇ ਈਰਾਨ ਦਾ ਕਹਿਣਾ ਵੀ ਪੂਰੀ ਦੁਨੀਆ ਦੇ ਵਿੱਚ ਇਸ ਵਕਤ ਸਾਰਿਆਂ ਨੂੰ ਪਤਾ ਆ ਵੀ ਲੜਾਈ ਅਸੀਂ ਲਾਉਣ ਜਾ ਰਹੇ ਹਾਂ, ਅਲਰਟ ਕੀਤਾ ਹੋਇਆ, ਸਾਰੀ ਦੁਨੀਆ ਅਲਰਟ 'ਤੇ ਹੈ। ਅਤੇ ਇਜ਼ਰਾਈਲ ਵੀ ਤਿਆਰ ਹੈ ਅਤੇ ਨਾਲ ਜਿਹੜਾ ਅਮਰੀਕਾ ਆ, USA ਆ, ਉਹ ਵੀ ਤਿਆਰ ਹੈ। ਜਦੋਂ ਈਰਾਨ ਹਮਲਾ ਕਰੇਗਾ ਤਾਂ ਉਹਨੇ ਸਾਡੇ ਉੱਤੇ ਹਮਲਾ ਕਰ ਦੇਣਾ ਅਤੇ ਸਾਡਾ ਉਹਨਾਂ ਨੇ ਕਾਫੀ ਨੁਕਸਾਨ ਕਰਨਾ। ਹੁਣ ਈਰਾਨ ਦਾ ਕਹਿਣਾ ਇਹ ਹੈ ਵੀ ਜਿਸ ਤਰੀਕੇ ਦੇ ਨਾਲ ਇਜ਼ਰਾਈਲ ਮਾਰਦਾ ਆ ਉਸ ਤਰੀਕੇ ਨਾਲ ਲੜਿਆ ਜਾਵੇ ਉਹਦੇ ਨਾਲ, ਕਿਉਂਕਿ ਇਜ਼ਰਾਈਲ ਕੀ ਕਰਦਾ ਹੈ ਜੀ, ਇਜ਼ਰਾਈਲ ਜਿਹੜਾ ਆ ਇਹ ਚੁਣ ਚੁਣ ਕੇ ਬੰਦੇ ਮਾਰਦਾ, ਚੁਣ ਚੁਣ ਕੇ ਜਿਹੜਾ ਲੀਡਰ ਖਤਮ ਕਰਨਾ, ਯਾਨੀ ਕਿਸੇ ਕੰਟਰੀ ਦਾ, ਉਹਨੂੰ ਖਤਮ ਕਰ ਦਿੰਦਾ ਉਸ ਲੀਡਰ ਨੂੰ। ਕਿੰਨੇ ਬੰਦੇ ਇਹਨਾਂ ਨੇ ਉਡਾਤੇ ਆ ਈਰਾਨ ਦੇ, ਇਜ਼ਰਾਈਲ ਜਿਹੜਾ ਇਸ ਤਰੀਕੇ ਦੇ ਨਾਲ ਕੰਮ ਕਰਦਾ। ਜੇਕਰ ਕੋਈ ਹੋਰ ਕੰਟਰੀ ਵਿੱਚ ਵੀ ਕੋਈ ਜਿਹੜਾ ਯਹੂਦੀ ਬੰਦਾ ਉਹਨਾਂ ਦਾ ਆ ਅਤੇ ਉਸ ਨੂੰ ਜੇ ਕੁਛ ਹੁੰਦਾ ਹੈ, ਉਸੇ ਤਰੀਕੇ ਦੇ ਨਾਲ ਹੁਣ ਈਰਾਨ ਜਿਹੜਾ ਆ ਇਹ ਕਹਿ ਰਿਹਾ ਵੀ ਅਸੀਂ ਵੀ ਇਸ ਤਰੀਕੇ ਨਾਲ ਜਦ ਵਿੱਚ ਆਵਾਂਗੇ ਜੇਕਰ ਆਉਣਾ ਹੋਇਆ। ਸੋ ਬਾਕੀ ਇਹਦੇ ਵਿੱਚ ਕੋਈ ਗੱਲ ਕਨਫਰਮ ਜਿਹੜੀ ਆ ਨਹੀਂ ਹੈਗੀ ਹਲੇ ਵੀ ਲੜਾਈ ਲੱਗੇਗੀ ਜਾਂ ਨਹੀਂ ਲੱਗੇਗੀ, ਪਰ USA ਜਿਹੜਾ ਆ ਉਹਨੇ ਇੱਕ ਡੀਲ ਕੀਤੀ ਹੈ ਇਜ਼ਰਾਈਲ ਦੇ ਨਾਲ, ਅਤੇ ਇਹ ਡੀਲ ਜਿਹੜੀ ਆ $20 ਮਿਲੀਅਨ ਦੀ ਡੀਲ ਕੀਤੀ ਗਈ ਹੈ, ਅਤੇ USA ਆਪਣੇ ਹਥਿਆਰ ਵੇਚ ਰਿਹਾ ਇਜ਼ਰਾਈਲ ਨੂੰ। ਅਤੇ ਇਹਦੇ ਵਿੱਚ ਹਮਸ ਗਰੁੱਪ ਜਿਹੜਾ ਆ ਉਹਨੇ ਇੱਕ ਬਿਆਨ ਦਿੱਤਾ, ਉਹ ਕਹਿ ਰਹੇ ਵੀ ਇਸ ਵਕਤ ਜਿਹੜਾ USA ਬਿਆਨ ਦੇ ਰਿਹਾ ਆ ਵੀ ਇਹ ਲੜਾਈ ਹੋ ਜਾਣੀ ਆ, ਇਹ ਸਿਰਫ USA ਇੱਕ ਲੋਕਾਂ ਨੂੰ ਪਾਗਲ ਬਣਾ ਰਿਹਾ ਆ। ਜਿਹੜੀ ਤੁਹਾਨੂੰ ਦੱਸੀ ਸੀਗੀ ਮੀਟਿੰਗ ਹੋਈ ਹੈ ਕਤਰ ਦੇ ਵਿੱਚ ਕੱਲ੍ਹ ਜਾਂ ਪਰਸੋਂ, ਉਹਦੇ ਵਿੱਚ ਇਹ ਸਾਰੇ ਗਰੁੱਪ ਪਹੁੰਚੇ ਹੋਏ ਸੀਗੇ, ਹਮਸ ਗਰੁੱਪ, ਹਾਊਥੀ, ਜਿੰਨੇ ਵੀ ਹੋਰ ਗਰੁੱਪ ਸੀਗੇ, ਅਤੇ ਉਹਨਾਂ ਵਿੱਚੋਂ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਬਹਿਸਬਾਜ਼ੀ ਹੋ ਗਈ, ਅਤੇ ਉੱਥੋਂ ਵੀ ਇਹ ਲੜ ਕੇ ਨਿਕਲੇ ਆ ਜਿਹੜੇ ਗਰੁੱਪ ਸੀਗੇ ਈਰਾਨ ਦੇ ਨਾਲ। ਈਰਾਨ ਨੇ ਕਹਿ ਦਿੱਤਾ ਵੀ ਅਸੀਂ ਹਮਲਾ ਸਿੱਧਾ ਨਹੀਂ ਕਰਨਾ, ਜਿਹੜੇ ਈਰਾਨ ਦੇ ਬੰਦੇ ਸੀਗੇ ਮਿਲਟਰੀ ਵਾਲੇ, ਉੱਥੋਂ ਵੀ ਬਹਿਸਬਾਜ਼ੀ ਇਹਨਾਂ ਦੀ ਆਪਸ ਦੇ ਵਿੱਚ ਹੀ ਹੋ ਗਈ ਸਾਰਿਆਂ ਦੀ। ਇਸ ਤੋਂ ਬਾਅਦ ਚੱਲਦੇ ਹਾਂ ਜੀ ਅਗਲੀ ਖਬਰ ਦੇ ਵੱਲ। ਅਗਲੀ ਖਬਰ ਹੈਗੀ ਹੈ, ਕੱਲ੍ਹ ਅਸੀਂ ਖਬਰ ਦੱਸੀ ਸੀ ਕਿ ਇੱਕ ਸਰਦੀਨੀਆ ਨੂੰ ਲੈ ਕੇ, ਅਤੇ ਸਰਦੀਨੀਆ ਦੇ ਵਿੱਚ ਕੱਲ੍ਹ ਕਾਫੀ ਗੜੇ ਪਏ ਆ, ਮੀਂਹ ਕਾਫੀ ਪਿਆ, ਅਤੇ ਉਸ ਖਬਰ ਨੂੰ ਜਿਹੜੀ ਹੈ ਅਸੀਂ ਜਦੋਂ ਦੱਸਿਆ ਚੈਨਲ 'ਤੇ, ਤਾਂ ਇੱਕ ਵੀਰ ਦਾ ਮੈਸੇਜ ਆਇਆ ਸੀਗਾ ਜਿਹਦੇ ਵਿੱਚ ਉਹ ਕਹਿ ਰਹੇ ਸੀ ਭਾਅ ਜੀ ਇੱਥੇ ਸਰਦੀਨੀਆ ਵਿੱਚ ਤਾਂ ਕੋਈ ਮੀਂਹ ਨਹੀਂ ਪਿਆ ਹੈਗਾ, ਬਈ ਇਹ ਝੂਠੀ ਖਬਰ ਹੈ। ਸੋ ਵੀਰ, ਇੱਦਾਂ ਸਰਦੀਨੀਆ ਜਿਹੜਾ ਕਾਫੀ ਵੱਡਾ ਇਲਾਕਾ, ਇਸ ਕਰਕੇ ਸਰਦੀਨੀਆ ਵੀ ਜ਼ਰੂਰੀ ਨਹੀਂ ਵੀ ਪੂਰੇ ਸਰਦੀਨੀਆ ਦੇ ਉੱਤੇ ਹੀ ਗੜੇ ਪੈਣੇ ਆ ਜਾਂ ਪੂਰਾ ਜਿੰਨਾ ਇਲਾਕਾ ਆ ਸਾਰਿਆਂ ਉੱਤੇ ਗੜੇ ਪੈਣੇ ਆ। ਹੋ ਸਕਦਾ ਕਿਸੇ ਸਪੈਸੀਫਿਕ ਇਲਾਕੇ ਵਿੱਚ ਪਏ ਹੋਣ, ਜਿਹੜੀਆਂ ਵੀਡੀਓ ਵਾਇਰਲ ਹੋਈਆਂ, ਜੋ ਵੀਡੀਓ ਆਈਆਂ ਤੁਹਾਨੂੰ ਉਹ ਦੱਸਿਆ ਆਪਾਂ। ਇਸ ਤੋਂ ਬਾਅਦ ਚੱਲਦੇ ਹਾਂ ਅਗਲੀ ਖਬਰ ਦੇ ਵੱਲ। ਅਗਲੀ ਖਬਰ ਹੈਗੀ ਹੈ ਜੀ, ਅੱਜ ਇੱਕ ਹੋਰ ਮੀਟਿੰਗ ਕੀਤੀ ਗਈ ਹੈ, ਅਤੇ ਇਹ ਜਿਹੜੀ ਮੀਟਿੰਗ ਹੋਈ ਹੈਗੀ ਹੈ ਇਹਦੇ ਵਿੱਚ ਇਟਲੀ, ਫਰਾਂਸ, UK, ਜਰਮਨੀ, ਇਹ ਚਾਰਾਂ ਦੀ ਜਿਹੜੀ ਮੀਟਿੰਗ ਹੋਈ ਹੈ। ਹੁਣ ਇਹ ਜਿਹੜੇ ਚਾਰ ਯੂਰਪ ਦੀਆਂ ਕੰਟਰੀਆਂ ਇਹ ਵੱਡੀਆਂ ਕੰਟਰੀਆਂ ਆ। ਮੀਟਿੰਗ ਲੈ ਕੇ ਇਸ ਕਰਕੇ ਕੀਤੀ ਗਈ ਹੈ, ਇਹ ਮੀਟਿੰਗ ਇਸ ਕਰਕੇ ਕੀਤੀ ਗਈ ਹੈ ਕਿਉਂਕਿ ਜਿਹੜੇ ਇਸ ਵਕਤ ਲੜਾਈ ਚੱਲਦੀ ਪਈ ਹੈ ਇਜ਼ਰਾਈਲ ਗਾਜ਼ਾ ਦੇ ਵਿੱਚ, ਉਸ ਨੂੰ ਖਤਮ ਕੀਤਾ ਜਾਵੇ,
ਉਸ ਦੇ ਕਰਕੇ ਜਿਹੜੀ ਐਮਰਜੈਂਸੀ ਨੇ ਅੱਜ ਮੀਟਿੰਗ ਕੀਤੀ ਆ। ਇਹਨਾਂ ਨੇ ਕਿਹਾ ਵੀ ਇਸ ਵਕਤ ਹਾਲਾਤ ਜਿਹੜੇ ਜ਼ਿਆਦਾ ਖਰਾਬ ਹੋ ਰਹੇ ਆ ਅਤੇ ਇਸ ਨੂੰ ਰੋਕਣ ਦੀ ਲੋੜ ਆ ਜਲਦ ਤੋਂ ਜਲਦ। ਇਹਦੇ ਵਿੱਚ ਇਹਨਾਂ ਕੰਟਰੀਆਂ ਦਾ ਬਿਆਨ ਹੈ, ਉਹ ਕਹਿੰਦੇ ਵੀ ਅਸੀਂ ਜੋ USA ਨੇ ਮੀਟਿੰਗ ਕੀਤੀ ਆ, ਇਜਿਪਟ ਨੇ ਮੀਟਿੰਗ ਕੀਤੀ, ਕਤਰ ਨੇ ਮੀਟਿੰਗ ਕੀਤੀ ਆ, ਉਸ ਦੇ ਵਿੱਚ ਅਸੀਂ ਉਹਨੂੰ ਸਸਟੇਨ ਕਰਦੇ ਹਾਂ, ਅਸੀਂ ਉਹਦੀ ਕਰਦੇ ਹਾਂ ਵੀ ਇਹ ਗੱਲ ਸਹੀ ਹੋਈ ਹੈ ਜੋ ਵੀ ਇਹਨਾਂ ਨੇ ਕੀਤਾ ਉਹਦੇ ਹੱਕ ਦੇ ਵਿੱਚ ਹੈ ਅਤੇ ਇਸ ਵਕਤ ਇਸ ਲੜਾਈ ਨੂੰ ਖਤਮ ਕਰ ਲੈਣਾ ਚਾਹੀਦਾ। ਸੋ ਬਾਕੀ ਦੇਖਣ ਵਾਲੀ ਗੱਲ ਹੈ ਜੀ ਹੁਣ ਵੀ ਅੱਗੇ ਕੀ ਬਣਦਾ ਇਸ ਲੜਾਈ ਦਾ, ਇਹ ਵੱਧਦੀ ਹੈ ਜਾਂ ਇਹਨੂੰ ਰੋਕ ਪਾਉਣ ਦੇ ਵਿੱਚ ਸਫਲ ਹੁੰਦੇ ਆ ਸਾਰੀਆਂ ਕੰਟਰੀਜ਼, ਕਿਉਂਕਿ ਰਸ਼ੀਆ ਅਤੇ ਚਾਈਨਾ ਨੇ ਸਿੱਧਾ ਜਿਹੜਾ ਆ ਬਿਆਨ ਦੇ ਦਿੱਤਾ ਆ ਅਤੇ ਇਹ ਬਿਆਨ ਦੇ ਵਿੱਚ ਰਸ਼ੀਆ ਚਾਈਨਾ ਨੇ ਕਿਹਾ ਆ ਵੀ ਅਸੀਂ ਈਰਾਨ ਦੇ ਨਾਲ ਖੜ੍ਹੇ ਹਾਂ, ਈਰਾਨ ਨੂੰ ਜੇਕਰ ਕੋਈ ਲੋੜ ਹੈ ਤਾਂ ਅਸੀਂ ਨਾਲ ਖੜ੍ਹੇ ਹਾਂ, ਰਸ਼ੀਆ ਨੇ ਪੂਰੇ ਹਥਿਆਰ ਜਿਹੜੇ ਈਰਾਨ ਨੂੰ ਦੇ ਦਿੱਤੇ ਆ, ਇਸ ਕਰਕੇ ਜੇਕਰ ਦੋ ਕੰਟਰੀਆਂ ਦੀ ਲੜਾਈ ਲੱਗਦੀ ਹੈ ਤਾਂ ਆਪਣੇ ਆਪ ਹੀ ਇੱਕ ਵਰਲਡ ਵਾਰ ਦੀ ਸੰਭਾਵਨਾ ਲੱਗਣ ਦੀ ਸੰਭਾਵਨਾ ਬਣ ਜਾਣੀ ਆ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਆ ਰਸ਼ੀਆ ਦੇ ਨਾਲ, ਹੁਣ ਇਹ ਜਿਹੜਾ ਯੂਕਰੇਨ ਅਤੇ ਰਸ਼ੀਆ ਲੜਾਈ ਲੱਗੀ ਹੋਈ ਹੈ ਜਿਹਦੇ ਵਿੱਚ ਯੂਕਰੇਨ ਨੇ ਹਮਲਾ ਕੀਤਾ ਆ ਰਸ਼ੀਆ ਦੇ ਉੱਤੇ ਅਤੇ ਯੂਕਰੇਨ ਨੇ ਆਪਣੇ ਕੁਝ ਹਿੱਸੇ ਵਾਪਸ ਲੈ ਲਏ, ਕੁਝ ਇਲਾਕਾ ਵਾਪਸ ਲੈ ਲਿਆ ਅਤੇ ਰਸ਼ੀਆ ਇਸ ਤੋਂ ਕਾਫੀ ਨਾਰਾਜ਼ ਆ। ਰਸ਼ੀਆ ਨੇ ਕਿਹਾ ਵੀ ਜਿਹੜੇ ਵੈਸਟਰਨ ਕੰਟਰੀਜ਼ ਆ ਇਹ ਸਾਡੇ ਉੱਤੇ ਹਮਲਾ ਕਰਾ ਰਹੀਆਂ ਅਤੇ ਰਸ਼ੀਆ ਹੁਣ ਇਹ ਸੋਚ ਰਿਹਾ ਵੀ ਵਟਸਐਪ ਦੇ ਉੱਤੇ ਅਤੇ ਯੂਟਿਊਬ ਦੇ ਉੱਤੇ ਬੈਨ ਕਰ ਦਿੱਤਾ ਜਾਵੇ ਰਸ਼ੀਆ ਦੇ ਵਿੱਚ ਵਟਸਐਪ ਅਤੇ ਯੂਟਿਊਬ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਹੈ ਜੀ, ਇੱਕ 23 ਸਾਲ ਦਾ ਲੜਕਾ ਜਿਹੜਾ ਕਿ ਲੇਚੇ ਇਲਾਕੇ ਦੇ ਵਿੱਚ ਰਹਿੰਦਾ ਸੀਗਾ ਅਤੇ ਰਾਤ ਨਹੀਂ ਅੱਜ ਸਵੇਰੇ ਇਸ ਵਕਤ ਇਹ ਗਾਰਡਨਿੰਗ ਕਰ ਰਿਹਾ ਸੀਗਾ, ਯਾਨੀ ਕਿ ਬੂਟੇ ਆਪਣੇ ਜਿਹੜੇ ਲੱਗੇ ਹੁੰਦੇ ਆ ਉਹਨਾਂ ਨੂੰ ਸੈੱਟ ਕਰ ਰਿਹਾ ਸੀਗਾ ਅਤੇ ਇੱਕ ਰਾਨੀਓ ਜਿਹੜੀ ਮੱਕੜੀ ਸੀਗੀ ਇਹਦੇ ਬਾਰੇ ਤੁਹਾਨੂੰ ਦੱਸਿਆ ਸੀਗਾ ਆਪਾਂ ਪੁਰਾਣੀ ਵੀਡੀਓ ਵਿੱਚ ਵੀ, ਇੱਕ ਇਟਲੀ ਵਿੱਚ ਮੱਕੜੀ ਪਾਈ ਜਾਂਦੀ ਆ ਰਾਨੀਓ ਵਿਓਲੀਨੋ ਸਪਾਈਡਰ ਅਤੇ ਬੜੀ ਖਤਰਨਾਕ ਹੈ ਅਤੇ ਇਹ ਜਿਹੜਾ 23 ਸਾਲ ਦਾ ਲੜਕਾ ਸੀਗਾ ਜੀ ਇਹਦੇ ਉਹ ਅਚਾਨਕ ਜਿਹੜੀ ਮੱਕੜੀ ਸੀਗੀ ਉਹਨੇ ਡੰਕ ਮਾਰ ਦਿੱਤਾ ਅਤੇ ਡੰਕ ਮਾਰਨ ਤੋਂ ਬਾਅਦ ਅੱਜ ਦੱਸਿਆ ਜਾ ਰਿਹਾ ਜੀ ਅੱਜ ਸਵੇਰੇ ਹੋਸਪਿਟਲ ਦੇ ਵਿੱਚ ਇਹਦੀ ਜਿਹੜੀ ਜਾਨ ਚਲੀ ਗਈ ਆ। ਅਸਲ ਦੇ ਵਿੱਚ ਜਿਹੜੀ ਅੰਦਰਲੀ ਘਟਨਾ ਇਹ ਪਤਾ ਲੱਗੀ ਆ ਵੀ ਜਿਹੜੀ ਇਹ ਡੰਕ ਜਦੋਂ ਮਾਰਿਆ ਮੱਕੜੀ ਨੇ ਅਤੇ ਮਾਰਿਆ ਤਕਰੀਬਨ ਇੱਕ ਮਹੀਨਾ ਪਹਿਲਾਂ 13 ਜੁਲਾਈ ਨੂੰ, ਜਿਸ ਵਕਤ ਇਹ ਕੰਮ ਕਰ ਰਿਹਾ ਸੀਗਾ ਉਸ ਵਕਤ 13 ਜੁਲਾਈ ਨੂੰ ਇਹ ਮੱਕੜੀ ਲੜੀ ਹੈ ਅਤੇ ਉਸ ਤੋਂ ਬਾਅਦ ਇਹ ਚਲੇ ਗਿਆ ਹੋਸਪਿਟਲ ਅਤੇ ਹੋਸਪਿਟਲ ਜਿਸ ਵਕਤ ਗਿਆ ਅਤੇ ਉੱਥੇ ਉਹਨਾਂ ਨੇ ਇਹਦੇ ਵੈਕਸੀਨੇਸ਼ਨ ਲਗਾ ਦਿੱਤਾ, ਟੀਕਾ ਲਗਾ ਦਿੱਤਾ ਅਤੇ ਵੈਕਸੀਨ ਲਗਾਉਣ ਤੋਂ ਬਾਅਦ ਉਹਨਾਂ ਨੇ ਛੁੱਟੀ ਕਰ ਦਿੱਤੀ, ਉਹ ਕਿਹਾ ਵੀ ਤੁਸੀਂ ਐਂਟੀਡੋਟ ਜਿਹੜੀ ਅਸੀਂ ਦੇ ਦਿੱਤੀ ਆ ਅਤੇ ਹੁਣ ਤੁਹਾਨੂੰ ਕੋਈ ਅਸਰ ਨਹੀਂ ਹੋਣਾ ਅਤੇ ਉਸ ਤੋਂ ਇੰਨੇ ਦਿਨਾਂ ਬਾਅਦ ਇਹਨਾਂ ਦੀ ਜਿਹੜੀ ਜਾਨ ਚਲੀ ਗਈ ਅੱਜ ਅਤੇ ਹੁਣ ਜਦੋਂ ਅੱਜ ਕਨਫਰਮ ਕੀਤਾ ਗਿਆ ਹੋਸਪਿਟਲ ਦੇ ਵਿੱਚ ਵੀ ਇਹ ਜਾਨ ਜਿਹੜੀ ਉਸ ਮੱਕੜੀ ਦੇ ਜ਼ਹਿਰ ਕਰਕੇ ਗਈ ਆ। ਸੋ ਇਸ ਕਰਕੇ ਇਹ ਮੱਕੜੀ ਦਾ ਵਾਸਤੇ ਅਲਰਟ ਆ, ਤੁਸੀਂ ਜੇਕਰ ਜਿਹੜੇ ਵੀ ਬੰਦੇ ਖੇਤੀਬਾੜੀ ਦਾ ਕੰਮ ਵੀ ਕਰਦੇ ਆ, ਪੇੜ ਪੌਦਿਆਂ ਦਾ ਕੰਮ ਕਰਦੇ ਆ, ਸਫਾਈ ਦਾ ਕੰਮ ਕਰਦੇ ਆ, ਜਾਂ ਤੁਸੀਂ ਨੋਰਮਲ ਸੈਰ ਕਰਦੇ ਆ ਜਾਂ ਸ਼ਾਮ ਨੂੰ ਜਾਂਦੇ ਆ ਕਿੱਥੇ ਇੱਥੇ ਜ਼ਿਆਦਾ ਘਾਹ ਹੈ ਜਾਂ ਜ਼ਿਆਦਾ ਇੱਥੇ ਪੇੜ ਪੌਦੇ ਆ ਅਤੇ ਉਸ ਜਗ੍ਹਾ ਤੋਂ ਥੋੜ੍ਹਾ ਜਿਹਾ ਬਚ ਕੇ, ਜੇ ਤੁਸੀਂ ਕਿਤੇ ਲੱਗਦਾ ਪਿਆ ਤੁਸੀਂ ਕਿਸੇ ਗੈਰਜ ਵਿੱਚ ਤੁਹਾਡਾ ਕੋਈ ਗੰਦ ਖਾਨਾ ਪਿਆ ਆ ਤਾਂ ਉੱਥੋਂ ਵੀ ਬਚ ਗਏ, ਕਿਉਂਕਿ ਵੈਕਸੀਨੇਸ਼ਨ ਕਰਾਉਣ ਤੋਂ ਬਾਅਦ ਵੀ ਬੰਦੇ ਦੀ ਜਾਨ ਚਲੀ ਗਈ ਆ। ਬੜੀ ਖਤਰਨਾਕ ਟਾਈਪ ਦੀ ਮੱਕੜੀ ਆ ਜਿਹੜੀ ਕਿ ਇਟਲੀ ਵਿੱਚ ਪਾਈ ਜਾਂਦੀ ਹੈ ਅਤੇ ਇਹ ਹੁਣ ਜ਼ਿਆਦਾ ਫੈਲਦੀ ਜਾ ਰਹੀ ਇਟਲੀ ਵਿੱਚ। ਉਸ ਤੋਂ ਬਾਅਦ ਅਗਲੀ ਖਬਰ ਹੈਗੀ ਹੈ ਜੀ, ਜਿਹੜਾ ਪੂਲੀਆ ਇਲਾਕਾ ਲੱਗਦਾ ਇਟਲੀ ਦਾ ਬੜਾ ਪਾਪੂਲਰ ਇਲਾਕਾ ਹੈ ਵਾਲਾ ਟੂਰਿਸਟ ਵਾਸਤੇ ਖਾਸ ਕਰ, ਅਤੇ ਇਹਦੇ ਉੱਤੇ ਆ ਜਿਹੜੀ ਗੁਆਰਦੇ ਦੀ ਫਿਨਾਂਸੀਆ ਆ ਪੁਲਿਸ ਆ ਅੱਜ ਛਾਪੇਮਾਰੀ ਮਾਰਨੀ ਕੀਤੀ ਆ ਸ਼ੁਰੂ ਉਹਨਾਂ ਨੇ ਜਿਹੜੇ ਹੋਟਲ ਆ ਉਹਨਾਂ ਦੇ ਵਿੱਚ, ਅਤੇ ਛਾਪੇਮਾਰੀ ਇਸ ਕਰਕੇ ਮਾਰੇ ਆ ਕਿਉਂਕਿ ਜਿਹੜੇ ਉੱਥੇ ਦੇ ਰਹਾਇਸ਼ੀ ਘਰ ਬਣੇ ਹੋਏ ਆ 31 ਘਰਾਂ ਦੇ ਵਿੱਚ ਉਹਨਾਂ ਨੇ ਛਾਪੇਮਾਰੀ ਕੀਤੀ ਆ ਅਤੇ ਦੱਸਿਆ ਜਾ ਰਿਹਾ ਜੀ ਵੀ ਉਹਦੇ ਵਿੱਚ ਤਕਰੀਬਨ ਕਾਫੀ ਬੰਦਾ ਹੋਰ ਯੂਰਪ ਤੋਂ ਵੀ ਰਹਿਣ ਆਇਆ ਇਹਨਾਂ ਇਲਾਕਿਆਂ ਦੇ ਵਿੱਚ ਅਤੇ 7 ਦਿਨਾਂ ਦੇ ਵਾਸਤੇ 3000 ਯੂਰੋ ਇਹਨਾਂ ਨੇ ਚਾਰਜ ਕੀਤਾ, 7 ਦਿਨਾਂ ਦੇ ਵਾਸਤੇ 3000 ਯੂਰੋ ਚਾਰਜ ਕਰਦੇ ਸੀਗੇ, ਜਿਹਦੇ ਵਿੱਚ ਇੱਕ ਕਮਰਾ ਸੀਗਾ, ਇੱਕ ਛੋਟਾ ਜਿਹਾ ਕੰਟੀਨਾ ਸੀਗਾ ਅਤੇ ਇੰਨੇ ਪੈਸੇ ਦੇ ਵਿੱਚ ਇਹ ਸਿਰਫ 7 ਦਿਨ ਦੇ ਵਾਸਤੇ 7000 ਯੂਰੋ ਗਾਲੀਪੋਲੀ ਇਲਾਕੇ ਦੇ ਵਿੱਚ। ਸੋ ਅੱਜ ਹੁਣ ਰੇਡ ਕੀਤੀ ਹੈ ਇਹਨਾਂ ਹੋਟਲਾਂ ਦੇ ਉੱਤੇ, ਇਹਨਾਂ ਲੋਕਾਂ ਦੇ ਉੱਤੇ ਅਤੇ ਹੁਣ ਪੁਲਿਸ ਸਾਰੀ ਚੈਕਿੰਗ ਕਰ ਰਹੀ ਹੈ ਵੀ ਇੰਨਾ ਪੈਸਾ ਇਹ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਬਣਾਇਆ।
ਇਸ ਤੋਂ ਬਾਅਦ ਅਗਲੀ ਖਬਰ ਹੈਗੀ ਹੈ ਜੀ, ਜਿਹੜਾ ਇਲਾਕਾ ਲੱਗਦਾ ਹੈਗਾ ਆ ਹਾਈਵੇ ਦਾ, ਜਿਹੜੀ ਹਾਈਵੇ ਚੱਲਦਾ ਆ A1 ਜਿਹੜਾ ਕਿ ਮਿਲਾਨ ਤੋਂ ਨਾਪੋਲੀ ਤੱਕ ਜਾਂਦਾ, ਇਸ ਦੇ ਵਿੱਚ ਅੱਜ ਰੋਮਾ ਦਾ ਇਲਾਕਾ ਜਿਹੜਾ ਲੱਗਦਾ ਰੋਮਾ ਅਤੇ ਕੋਲੇ ਫੈਰੋ, ਇਸ ਇਲਾਕੇ ਦੇ ਵਿਚਕਾਰ ਇੱਕ ਐਕਸੀਡੈਂਟ ਹੋਇਆ ਹਾਈਵੇ ਦੇ ਉੱਤੇ, ਜਿਸ ਤੋਂ ਬਾਅਦ ਤਕਰੀਬਨ 7-8 ਕਿਲੋਮੀਟਰ ਲੰਬੀ ਟ੍ਰੈਫਿਕ ਦੀ ਲੰਬੀ ਲਾਈਨ ਲੱਗ ਗਈ, ਜਿਹਦੇ ਨਾਲ ਲੋਕ ਅੱਜ ਬਹੁਤ ਜ਼ਿਆਦਾ ਪਰੇਸ਼ਾਨ ਹੋਏ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਹੈ ਜੀ ਮੌਸਮ ਨੂੰ ਲੈ ਕੇ, ਮੌਸਮ ਦੇ ਵਾਸਤੇ ਵੈਦਰ ਦਾ ਨਵਾਂ ਅਲਰਟ ਜਾਰੀ ਹੋ ਚੁੱਕਾ ਆ। ਅੱਜ 17 ਤਰੀਕ ਹੈ ਅਤੇ ਕੱਲ੍ਹ ਨੂੰ ਹੈਗਾ ਆ ਐਤਵਾਰ 18 ਅਗਸਤ, ਅਤੇ ਕੱਲ੍ਹ ਦੇ ਵਾਸਤੇ ਵੈਦਰ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਆ। ਇਹਦੇ ਵਿੱਚ ਕੱਲ੍ਹ ਨੂੰ ਤਕਰੀਬਨ ਕਾਫੀ ਇਲਾਕਿਆਂ ਦੇ ਵਿੱਚ ਵੈਦਰ ਮੌਸਮ ਖਰਾਬ ਰਹਿਣ ਵਾਲਾ ਆ। ਕੱਲ੍ਹ ਨੂੰ ਦੱਸਿਆ ਜਾ ਰਿਹਾ ਜੀ 15 ਇਲਾਕਿਆਂ ਦੇ ਵਿੱਚ, 15 ਸਟੇਟਾਂ ਦੇ ਵਿੱਚ ਵੈਦਰ ਦਾ ਅਲਰਟ ਜਾਰੀ ਹੈ, ਜਿਹਦੇ ਵਿੱਚ ਕਲਾਬਰੀਆ, ਬਰੂਸੋ, ਬਜ਼ਰਿਕਾਤਾ, ਕੰਪਾਨੀਆ, ਅਮੀਲੀਆ ਰੋਮਾਨੀਆ, ਫਰੂਲੀ, ਵਿਨੀਤਸੀਆ ਜੂਲੀਆ, ਲਾਤਸੀਓ, ਲੋਮਬਾਰਦੀਆ, ਮਾਰਕੇ, ਮੋਲੀਜ਼ੇ, ਪੀਮੋਂਤੇ, ਸਿਚੀਲੀਆ, ਤੋਸਕਾਨਾ, ਉਮਬਰੀਆ, ਵਿਨੇਤੋ, ਇਹ ਆ ਸਾਰੀਆਂ ਸਟੇਟਾਂ ਵਿੱਚ ਕੱਲ੍ਹ ਨੂੰ ਮੌਸਮ ਖਰਾਬ ਹੈ। ਅਤੇ ਕੱਲ੍ਹ ਨੂੰ ਦੱਸਿਆ ਜਾ ਰਿਹਾ ਜੀ ਕੱਲ੍ਹ ਨੂੰ ਕਾਫੀ ਜ਼ਿਆਦਾ ਤੇਜ਼ ਤੂਫਾਨ ਆਉਣ ਵਾਲੇ ਆ, 4th ਟੈਂਪੋਰਲੀ ਦੱਸਿਆ ਹੋਇਆ, ਕਾਫੀ ਇਲਾਕੇ ਦੇ ਵਿੱਚ ਮੀਂਹ ਵੀ ਪੈਣ ਦੀ ਸੰਭਾਵਨਾ ਆ। ਹੁਣ ਇਹਦੇ ਵਿੱਚ ਪੂਰੇ ਜਿਹੜਾ ਸਟੇਟਾਂ ਵਿੱਚ ਅਲਰਟ ਜਾਰੀ ਕੀਤਾ, ਜ਼ਰੂਰੀ ਨਹੀਂ ਵੀ ਹਰ ਸਟੇਟ ਦੇ ਵਿੱਚ ਮੀਂਹ ਪਵੇਗਾ, ਕਈਆਂ ਇਲਾਕਿਆਂ 'ਚ ਬਦਲਵਾਈ ਰਹਿ ਸਕਦੀ ਹੈ, ਕਈਆਂ ਇਲਾਕਿਆਂ ਵਿੱਚ ਹੋ ਸਕਦਾ ਮੀਂਹ ਨਾ ਵੀ ਪਏ, ਕਈਆਂ ਇਲਾਕਿਆਂ ਵਿੱਚ ਬਹੁਤ ਜ਼ਿਆਦਾ ਮੀਂਹ ਪੈ ਜਾਵੇ, ਸੋ ਇਹ ਡਿਪੈਂਡ ਕਰਦਾ ਹੁਣ ਜਗ੍ਹਾ ਜਗ੍ਹਾ 'ਤੇ। ਇਸ ਤੋਂ ਇਲਾਵਾ ਟੈਂਪਰੇਚਰ ਦੱਸਿਆ ਜਾ ਰਿਹਾ, ਟੈਂਪਰੇਚਰ ਕੱਲ੍ਹ ਨੂੰ ਤਕਰੀਬਨ 10 ਡਿਗਰੀ ਘੱਟ ਜਾਣਾ ਆ। ਜੇਕਰ ਅੱਜ ਟੈਂਪਰੇਚਰ 31 ਡਿਗਰੀ ਸੀਗਾ, 32 ਡਿਗਰੀ ਸੀਗਾ, ਅਤੇ ਕੱਲ੍ਹ ਨੂੰ 10 ਡਿਗਰੀ ਟੈਂਪਰੇਚਰ ਡਾਊਨ ਚਲੇ ਜਾਣਾ, ਯਾਨੀ ਕਿ ਕੱਲ੍ਹ ਨੂੰ ਮੌਸਮ ਠੰਡਾ ਹੋਣ ਵਾਲਾ ਆ। ਜਿਹੜੀ ਇੰਨੀ ਜ਼ਿਆਦਾ ਗਰਮੀ ਪਈ ਆ ਪਿਛਲੇ ਤਕਰੀਬਨ 1 ਮਹੀਨੇ ਤੋਂ ਲਗਾਤਾਰ ਗਰਮੀ ਪੈ ਰਹੀ ਹੈ, ਕੁਝ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਜਿਹੜਾ ਇਹ ਮੀਂਹ ਪੈ ਕੇ ਹਟਣਾ, ਇਸ ਤੋਂ ਬਾਅਦ ਤੁਸੀਂ ਦੇਖੋਗੇ ਵੀ ਮੌਸਮ ਜਿਹੜਾ ਆ ਅੱਗੇ ਨਾਲੋਂ ਫਰਕ ਪੈ ਗਿਆ, ਮੌਸਮ ਬਦਲਣ ਲੱਗਾ ਆ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਆ ਜੀ, ਅੱਜ ਇੱਕ ਵਿਰੋਨਾ ਦੇ ਵਿੱਚ ਹਾਦਸਾ ਵਾਪਰਿਆ, ਵਿਰੋਨਾ ਦੇ ਵਿੱਚ ਇੱਕ ਬੱਸ ਦੇ ਨਾਲ ਇਹ ਹਾਦਸਾ ਹੋਇਆ, ਅਤੇ ਬੱਸ ਦਾ ਐਕਸੀਡੈਂਟ ਹੋ ਗਿਆ, ਅਤੇ ਬੱਸ ਆਲੇ ਦੁਆਲੇ ਜਿਹੜੀ ਦਰਖਤ ਲੱਗੇ ਹੋਏ ਸੀ ਉਹਨਾਂ ਦੇ ਵਿੱਚ ਜਾ ਕੇ ਲੱਗੀ ਹੈ, ਅਤੇ ਕਾਫੀ ਨੁਕਸਾਨ ਹੋਇਆ ਬੱਸ ਦਾ। ਇਹਦੇ ਵਿੱਚ ਇੱਕ 50 ਸਾਲ ਦੀ ਔਰਤ, ਉਹਨਾਂ ਦੀ ਜਾਨ ਚਲੀ ਗਈ ਆ। ਅਤੇ ਇਹ ਜਿਹੜੀ ਲੋਕਲ ਬੱਸਾਂ ਹੁੰਦੀਆਂ ਜੀ ਸ਼ਹਿਰਾਂ 'ਚ ਚੱਲਦੀਆਂ, ਉਹ ਬੱਸ ਸੀਗੀ। ਕੀ ਤਾਂ ਹੈਗੀਆਂ ਜੀ ਆਪਣੇ ਅੱਜ ਦੀਆਂ ਕੁਝ ਨਵੀਆਂ ਤਾਜ਼ੀਆਂ ਅਪਡੇਟ, ਮਿਲਦੇ ਹਾਂ ਤੁਹਾਨੂੰ ਹੁਣ ਕੱਲ੍ਹ ਦੀਆਂ ਖਬਰਾਂ ਨਾਲ। ਆਪਣੇ ਦਾ ਆਪਣੇ ਪਰਿਵਾਰ ਦਾ ਖਿਆਲ ਰੱਖਿਓ, ਤਦ ਤੁਹਾਡੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।